सत श्री अकाल दोस्तों दोस्तों अज असी आए हैं बरगाड़ी दे विच अज तुहानू उस शख्स नूं मनाउण जा रहे हैं जो शख्स किसी नाम के मुहताज नहीं है और जिसका बहुत बड़ा नाम देशों विदेशों के विच जिहड़ा हर किसी की जबान ते है उस संस्था का नाम जिसका देशों विदेशों के जिस तो हरेक बंदा जाणू है अब उन्होंने नाल गलबात करने जा रहे हैं। हाँ जी साढ़े नाल ने पीपल्स फोरम बरगाड़ी जी संस्था है एक साहित्य बहुत बड़ी संस्था जी है उन्होंने संस्थापक खुशवंत बरगाड़ी जी खुशवंत जी थोड़ा बहुत बहुत स्वागत है जी चैनल के जी आया जी स्वागत है सोनी जी थोड़ा भी। अच्छा खुशवंत जी साढ़े दर्शकों दसो भी जोड़ा यह मतलब पीपल्स फोरम बरगाड़ी संस्था कायम की कदों तो शुरुआत की ये सुनी जी 2002 तो असी इस संस्था की शुरुआत की मुढ़ले दौर साढ़े मन च इस किस्म के ख्याल से स्कूलों के जोड़े विद्यार्थी पढ़ते हैं उन्होंने कला प्रगटावे के वक् वक् किस्म के मौके दते जा उन्हां दे विच जिहड़ा विज्ञानक सोच विकसित की जाए तो उन्हां नूं मंच ते आपदियां कलावां नूं प्रगट करन दा मौका दिता जाए तो इहदे नाल नाल साडे मन च इह वी सी कि विद्यार्थियों नूं साहित नाल जोड़िया जाए पुस्तक सभ्याचार नाल जोड़िया जाए इस नूं मुख रख के दसंबर 2002 दे विच असीं संस्था पीपल फोरम की स्थापना की सी। ਤਾਂ ਉਹਦੇ 'ਚ ਫਿਰ ਜਿਹੜੇ ਤੁਸੀਂ ਬੱਚਿਆਂ ਦੀ ਕਲਾ ਨੂੰ ਜਾਂ ਉਹ ਨਖੇੜਨ ਵਾਸਤੇ ਜਿਹੜੇ ਤੁਸੀਂ ਉਪਰਾਲਾ ਜਿਹੜੀ ਸੰਸਥਾ ਸ਼ੁਰੂ ਕੀਤੀ ਹੈ ਉਹਦੇ ਲਈ ਫਿਰ ਤੁਸੀਂ ਕੀ ਮਤਲਬ ਐਕਟੀਵਿਟੀ ਕਰਦੇ ਰਹੇ ਕੀ ਪ੍ਰੋਗਰਾਮ ਕਰਦੇ ਰਹੇ? ਅਸੀਂ ਵੱਖ ਵੱਖ ਕਿਸਮ ਦੀਆਂ ਗਤੀਵਿਧੀਆਂ ਕਰਦੇ ਰਹੇ ਜਿਹਦੇ 'ਚ ਅਸੀਂ ਜਿੱਥੇ ਮੰਚ ਦੇ ਉੱਪਰ ਪੇਸ਼ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਕਲਾਵਾਂ ਸੀ ਉਹਦੇ ਲਈ ਬੱਚਿਆਂ ਨੂੰ ਮੰਚ ਮੁਹੱਈਆ ਕੀਤਾ। ਅਸੀਂ ਲਗਭਗ 13 ਸਾਲ ਲਗਾਤਾਰ ਇੱਕ ਵਿਦਿਆਰਥੀ ਮੇਲਾ ਕਰਵਾਉਂਦੇ ਰਹੇ 3 ਦਿਨਾਂ ਦਾ ਜਿਹਦੇ ਵਿੱਚ ਲਗਭਗ 10,000 ਬੱਚਾ ਜਿਹੜਾ ਉਹ 3 ਦਿਨਾਂ ਦੇ ਵਿੱਚ ਮਾਲਵੇ ਦੇ ਇਹਨਾਂ 3-4 ਜ਼ਿਲ੍ਹਿਆਂ ਦੇ ਵਿੱਚੋਂ ਪਾਰਟਿਸਪੇਟ ਕਰਦਾ ਸੀ ਜਿਹਦੇ 'ਚ ਸੁੰਦਰ ਲਿਖਾਈ ਤੋਂ ਲੈ ਕੇ ਗਿੱਧੇ ਭੰਗੜਾ ਭਾਸ਼ਣ ਮੁਕਾਬਲਾ ਵਿਗਿਆਨ ਪ੍ਰਦਰਸ਼ਨੀ ਗੀਤ ਮੁਕਾਬਲਾ ਇੱਦਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਦੇ ਮੁਕਾਬਲੇ ਕਰਾਏ ਜਾਂਦੇ ਸੀ। ਇਸ ਤੋਂ ਇਲਾਵਾ ਲੇਖ ਮੁਕਾਬਲੇ ਕਰਾਏ ਜਾਂਦੇ ਸੀ ਵਿਦਿਆਰਥੀਆਂ ਦੇ ਅਸੀਂ ਟ੍ਰਿਪ ਲੈ ਕੇ ਜਾਂਦੇ ਸੀ ਬਹੁਤ ਛੋਟੇ ਛੋਟੇ ਟ੍ਰਿਪ ਜਿੱਥੇ ਕਿ ਕੋਈ ਸਾਇੰਸ ਨਾਲ ਸੰਬੰਧਿਤ ਜਾਂ ਕੋਈ ਹੋਰ ਟੈਕਨੋਲੋਜੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਸੀ ਵਿਦਿਆਰਥੀਆਂ ਨੂੰ ਉਹਨਾਂ ਨਾਲ ਜਾਣੂ ਕਰਵਾਉਣ ਲਈ ਖਾਸ ਤੌਰ 'ਤੇ ਜਿਹੜੇ ਪੇਂਡੂ ਪਿਛੋਕੜ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਸੀ ਤਾਂ ਇਸ ਕਿਸਮ ਦੀਆਂ ਗਤੀਵਿਧੀਆਂ ਅਸੀਂ 13-14 ਸਾਲ ਲਗਾਤਾਰ ਜਾਰੀ ਰੱਖੀਆਂ। ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਅਸੀਂ ਸਕੂਲਾਂ ਦੇ ਵਿੱਚ ਇੱਕ ਸਾਹਿਤਕ ਕਲੱਬ ਬਣਾਏ ਜਿੱਥੇ ਅਸੀਂ ਉਹਨਾਂ ਨੂੰ ਹਰ 2 ਮਹੀਨਿਆਂ ਬਾਅਦ ਜਿਹੜੇ ਪੰਜਾਬੀ ਭਾਸ਼ਾ ਛਪਣ ਵਾਲੇ ਬਾਲ ਰਸਾਲੇ ਸੀ ਕਿਤਾਬਾਂ ਸੀ ਉਹ ਉਹਨਾਂ ਤੱਕ ਪਹੁੰਚਾਉਂਦੇ ਸੀ। ਅੱਛਾ ਇੱਕ ਜਿਵੇਂ ਅੱਜ ਜਿਹੜੀ ਸੰਸਥਾ ਹੈਗੀ ਹੈ ਪੀਪਲਜ ਫੋਰਮ ਬਰਗਾੜੀ ਅਤੇ ਇੱਕ ਬਹੁਤ ਵੱਡੀ ਸਾਹਿਤਕ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਤੁਹਾਡਾ ਪ੍ਰੋਗਰਾਮ ਚੱਲਦਾ ਹੈਗਾ ਅਤੇ ਇੱਕ ਤੁਹਾਡਾ ਸੀ ਉਹ ਦੇਖਦੇ ਹੁੰਦੇ ਹਾਂ ਮਤਲਬ ਕੋਈ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਇਆ ਹੁੰਦਾ ਤੁਹਾਡਾ ਅੱਧੇ ਕੱਪ ਦੇ ਚਾਹ ਦੇ ਮੁੱਲ 'ਤੇ ਕਿਤਾਬਾਂ। ਹਾਂਜੀ ਉਹ ਤੁਹਾਡਾ ਕੀ ਪ੍ਰੋਸੈਸ ਹੈ ਕੀ ਪ੍ਰੋਗਰਾਮ ਤੁਹਾਡਾ? ਅੱਧੇ ਕੱਪ ਚਾਹ ਦੇ ਮੁੱਲ 'ਤੇ ਘਰੇਲੂ ਲਾਇਬ੍ਰੇਰੀ ਇਹ ਇੱਕ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਕਤੂਬਰ 2013 ਤੋਂ। ਇਹਦਾ ਮੁੱਖ ਮਨੋਰਥ ਇਹ ਹੈ ਕਿ ਹਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਕਾਇਮ ਕੀਤੀ ਜਾਵੇ ਜਿਸ ਲਾਇਬ੍ਰੇਰੀ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਪੜ੍ਹਨ ਲਈ ਬੱਚਿਆਂ ਲਈ ਵੱਡਿਆਂ ਲਈ ਆਦਮੀਆਂ ਲਈ ਔਰਤਾਂ ਲਈ ਸਾਰਿਆਂ ਲਈ ਇੱਕ ਕਿਤਾਬਾਂ ਹੋਣ। ਔਰ ਇਹ ਮੁਹਿੰਮ ਸਾਡੀ ਬੜੀ ਪਿਛਲੇ 10 ਸਾਲਾਂ ਤੋਂ ਕਾਮਯਾਬ ਹੈ ਕਿ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਅਸੀਂ ਪੰਜਾਬ ਦੇ 5,000 ਪਿੰਡਾਂ ਤੱਕ ਇਹ ਪਹੁੰਚ ਕਰ ਚੁੱਕੇ ਹਾਂ। 5,000 ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਅਸੀਂ ਲਾਇਬ੍ਰੇਰੀਆਂ ਜਿਹੜੀਆਂ ਬਣਾਈਆਂ ਹੋਈਆਂ। ਅੱਜ ਵੀ ਇਸ ਮੁਹਿੰਮ ਦੇ ਨਾਲ ਲਗਭਗ 900 ਪਰਿਵਾਰ ਆ ਜਿਹੜੇ ਉਹ ਪੱਕੇ ਰੂਪ 'ਚ ਜੁੜੇ ਹੋਏ ਹੈ। ਹਰ 2 ਮਹੀਨਿਆਂ ਬਾਅਦ 70-80 ਪਰਿਵਾਰ ਆ ਜਿਹੜੇ ਉਹ ਨਵੇਂ ਵੀ ਜੁੜਦੇ ਹੈ ਇਸ ਮੁਹਿੰਮ ਨਾਲ। ਇਹਦੇ 'ਚ 2 ਚੀਜ਼ਾਂ ਸਾਡੇ ਮੱਦੇਨਜ਼ਰ ਸੀ ਜਦੋਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਕਿ ਆਮ ਲੋਕਾਂ ਲਈ 2 ਕਿਸਮ ਦੀਆਂ ਸਮੱਸਿਆਵਾਂ ਸੀ ਕਿ ਸਭ ਤੋਂ ਪਹਿਲਾਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਚੰਗੀਆਂ ਪੜ੍ਹਨ ਯੋਗ ਕਿਤਾਬਾਂ ਹੈ ਕਿਹੜੀਆਂ, ਦੂਜੀ ਗੱਲ ਕਿ ਇਹ ਕਿਤਾਬਾਂ ਸਾਨੂੰ ਮਿਲਦੀਆਂ ਕਿੱਥੋਂ ਹੈ। ਤਾਂ ਅਸੀਂ ਇਸ ਮਕਸਦ ਨੂੰ ਮੁੱਖ ਰੱਖ ਕੇ ਕਿ ਚੰਗੀਆਂ ਕਿਤਾਬਾਂ ਦੀ ਪਹਿਲਾਂ ਚੋਣ ਕੀਤੀ ਜਾਵੇ, ਉਹਨਾਂ ਕਿਤਾਬਾਂ ਨੂੰ ਲਾਗਤ ਮੁੱਲ 'ਤੇ
ਜਿਹੜੀਆਂ ਹੈਗੀਆਂ ਉਹ ਡਾਕ ਰਾਹੀਂ ਪਾਠਕ ਦੇ ਘਰ ਤੱਕ ਪਹੁੰਚਦਾ ਕੀਤਾ ਜਾਵੇ। ਤਾਂ ਉਹ ਜਿਹੜੀ ਮੁਹਿੰਮ ਅਕਤੂਬਰ 2013 ਦੇ ਵਿੱਚ ਅਸੀਂ 43 ਪਾਠਕਾਂ ਨਾਲ ਸ਼ੁਰੂ ਕੀਤੀ ਸੀ, ਉਹ ਅੱਜ ਵੱਧ ਕੇ ਨਾ ਸਿਰਫ ਪੰਜਾਬ, ਹਰਿਆਣਾ, ਦਿੱਲੀ, ਭਾਰਤ ਦੀਆਂ ਹੋਰ ਬਹੁਤ ਸਾਰੀਆਂ ਸਟੇਟਾਂ 'ਚੋਂ, ਇਸ ਤੋਂ ਇਲਾਵਾ ਅਮੈਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ, ਇਟਲੀ, ਸਪੇਨ, ਨਿਊਜ਼ੀਲੈਂਡ, ਇਹਨਾਂ ਮੁਲਕਾਂ 'ਚ ਵੀ ਜਿੱਥੇ ਜਿੱਥੇ ਪੰਜਾਬੀ ਪਿਆਰੇ ਵੱਸਦੇ ਹੈ, ਜਿਹੜੇ ਕਿਤਾਬਾਂ ਦੇ ਆਸ਼ਕ ਨੇ, ਚੰਗਾ ਸਾਹਿਤ ਪੜ੍ਹਨਾ ਚਾਹੁੰਦੇ ਆ, ਵਿਗਿਆਨਕ ਸੋਚ ਨਾਲ ਜੁੜਨਾ ਚਾਹੁੰਦੇ ਆ, ਉਹ ਸਾਰੇ ਦੋਸਤ ਹੈ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਔਰ ਹਰ 2 ਮਹੀਨੇ ਬਾਅਦ ਅਸੀਂ ਇੱਕ ਕਿਤਾਬਾਂ ਦਾ ਸੈੱਟ ਆ ਜਿਹੜਾ ਉਹਨਾਂ ਦੀ ਘਰੇਲੂ ਲਾਇਬ੍ਰੇਰੀ ਲਈ ਉਹਨਾਂ ਦੇ ਘਰ ਦੇ ਪਤੇ 'ਤੇ ਭੇਜਦੇ। ਤਾਂ ਉਹ ਜਿਹੜਾ ਤੁਸੀਂ ਸੈੱਟ ਭੇਜਦੇ ਹੋ, ਹਾਂਜੀ, ਉਹਦਾ ਫਿਰ ਜਿਹੜਾ ਪੇਮੈਂਟ ਵਗੈਰਾ ਹੈਗੀ ਹੈ, ਉਹਦਾ ਲੈਣ ਦੇਣ ਜਿਹੜਾ ਉਹ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਉਹ ਇਸ ਤਰ੍ਹਾਂ ਹੈ ਸੋਨੀ ਜੀ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਘੱਟੋ ਘੱਟ 700 ਸਫ਼ੇ ਦੀਆਂ ਕਿਤਾਬਾਂ ਭੇਜੀਆਂ ਜਾਣ। ਉਹਨਾਂ ਕਿਤਾਬਾਂ ਦੇ ਵਿੱਚ ਨਾਵਲ, ਕਹਾਣੀ, ਸਫ਼ਰਨਾਮਾ, ਵਿਸ਼ਲੇਸ਼ਣ, ਜੀਵਨੀ ਅਤੇ ਪੰਜਾਬੀ ਦੇ ਸਾਹਿਤਕ ਮੈਗਜ਼ੀਨ ਵੀ ਸ਼ਾਮਿਲ ਹੁੰਦੇ ਆ। ਸਮਕਾਲੀ ਸਾਹਿਤ, ਸਿਰਜਣਾ, ਪ੍ਰਵਚਨ ਵਰਗੇ ਮੈਗਜ਼ੀਨਾਂ ਦੇ ਨਵੇਂ ਅੰਕ ਸ਼ਾਮਿਲ ਕੀਤੇ ਜਾਂਦੇ ਆ। ਪੰਜਾਬੀ ਦੇ ਜਿਹੜੇ ਨਾਮਵਰ ਲੇਖਕ ਨੇ, ਮਨਮੋਹਨ ਬਾਵਾ, ਬਲਦੇਵ ਸੜਕਨਾਮਾ, ਗੁਰਮੀਤ ਕੜਿਆਲ, ਵੀ ਸਭ ਦੀਆਂ ਕਿਤਾਬਾਂ ਜਿਹੜੀਆਂ ਉਹ ਅਸੀਂ ਵੱਖ ਵੱਖ ਸੈੱਟਾਂ ਦੇ ਵਿੱਚ ਭੇਜਦੇ ਹਾਂ। ਉਹ 4 ਜਾਂ 5 ਕਿਤਾਬਾਂ ਦਾ ਇੱਕ ਅਸੀਂ ਸੈੱਟ ਬਣਾਉਂਦੇ ਹਾਂ। ਹਰ 2 ਮਹੀਨਿਆਂ ਬਾਅਦ ਉਸ ਸੈੱਟ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਜਾਂਦਾ। ਜਿਹੜੇ ਦੋਸਤ ਸਾਡੇ ਨਾਲ ਪਰਮਾਨੈਂਟ ਜੁੜੇ ਹੋਏ ਨੇ ਉਹਨਾਂ ਨੂੰ ਹਰ 2 ਮਹੀਨੇ ਬਾਅਦ ਅਸੀਂ ਉਹ ਸੈੱਟ ਡਾਕ ਰਾਹੀਂ, VPP ਰਾਹੀਂ ਭੇਜ ਦਿੰਦੇ ਹਾਂ ਕਿ ਡਾਕੀਆ ਉਹਨਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਲੈ ਕੇ ਜਾਂਦਾ। ਔਰ ਲਾਗਤ ਕੀਮਤ ਹੈ ਜਿਹੜੀ ਲਗਭਗ 300 ਰੁਪਈਆ ਸਮੇਤ ਡਾਕ ਖਰਚ, ਉਹ ਉਹਨਾਂ ਤੋਂ ਲੈ ਆਉਂਦਾ। ਇਸ ਤੋਂ ਇਲਾਵਾ ਜਿਹੜੇ ਦੋਸਤ ਪੱਕੇ ਤੌਰ 'ਤੇ ਨਹੀਂ ਜੁੜੇ ਲੇਕਿਨ ਕੁਛ ਵਿਸ਼ੇਸ਼ ਸੈੱਟ ਮੰਗਵਾਉਣਾ ਚਾਹੁੰਦੇ ਹੈ, ਉਹ ਆਪਣਾ ਐਡਰੈਸ ਸਾਨੂੰ ਭੇਜ ਦਿੰਦੇ ਹੈ, ਅਸੀਂ ਉਹਨਾਂ ਨੂੰ ਜਿੱਥੇ ਵੀ ਉਹ ਵੱਸਦੇ ਹੈ ਉਹਨਾਂ ਦੇ ਘਰਾਂ ਤੱਕ ਕਿਤਾਬਾਂ ਪਹੁੰਚਦੀਆਂ ਕਰ ਦਿੰਦੇ। ਤਾਂ ਇਸ ਸੈੱਟ ਜਿਹੜੇ ਤੁਸੀਂ ਭੇਜਦੇ ਹੋ ਲਗਾਤਾਰ ਡਾਕ ਰਹੇ, ਇਸ ਤੋਂ ਇਸ ਤੋਂ ਇਲਾਵਾ ਹੋਰ ਵੀ ਕੋਈ ਜ਼ਰੀਆ ਹੈ ਤੁਹਾਡਾ ਜਾਂ ਲੋਕਾਂ ਤੱਕ ਕਿਤਾਬਾਂ ਲਿਜਾਣ ਦਾ? ਲੋਕ ਕਿਸੇ ਨੂੰ? ਬਿਲਕੁਲ ਜੀ, ਬਿਲਕੁਲ। ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਸ ਗੱਲ ਦਾ ਮਾਣ ਹਾਸਲ ਹੈ ਕਿ ਪੰਜਾਬ ਦੇ ਵਿੱਚ ਪੁਸਤਕ ਸੱਭਿਆਚਾਰ ਸ਼ੁਰੂ ਕਰਨ ਦੇ ਵਿੱਚ ਅਸੀਂ ਮੋਹਰੀ ਰੋਲ ਨਿਭਾਉਣ ਵਾਲਿਆਂ 'ਚੋਂ ਇੱਕ ਹੈ। ਪੰਜਾਬ ਨੈਸ਼ਨਲ ਬੁੱਕ ਟਰੱਸਟ ਵੱਲੋਂ ਪੰਜਾਬ ਦੇ ਵਿੱਚ ਅੱਜ ਤੋਂ ਲਗਭਗ 15-16 ਸਾਲ ਪਹਿਲਾਂ ਵੱਡੇ ਪੁਸਤਕ ਮੇਲੇ ਆਯੋਜਿਤ ਕੀਤੇ ਗਏ। ਗਦਰੀ ਬਾਬਿਆਂ ਦੇ ਮੇਲੇ 'ਤੇ ਪੁਸਤਕ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ। ਉਸ ਤੋਂ ਬਾਅਦ ਜੇ ਆਪਾਂ ਇਹ ਗੱਲ ਕਰੀਏ ਕਿ ਬਾਬਾ ਫਰੀਦ ਮੇਲੇ ਫਰੀਦਕੋਟ, ਅਸੀਂ ਸਭ ਤੋਂ ਪਹਿਲਾਂ 2012 ਦੇ ਵਿੱਚ ਪੁਸਤਕ ਮੇਲਾ ਸ਼ੁਰੂ ਕੀਤਾ ਜਿਹੜਾ ਅੱਜ ਪੰਜਾਬ ਦੇ ਬਹੁਤ ਵੱਡੇ ਪੁਸਤਕ ਮੇਲਿਆਂ 'ਚ ਗਿਣਿਆ ਜਾਂਦਾ। ਅਸੀਂ ਹਰ ਛੋਟੇ ਤੋਂ ਛੋਟੇ ਸਮਾਗਮ ਦੇ ਵਿੱਚ ਉੱਥੇ ਵੀ ਪੁਸਤਕ ਪ੍ਰਦਰਸ਼ਨੀਆਂ ਲਾਈਆਂ। ਇਸ ਦਾ ਸਿੱਟਾ ਇਹ ਹੈ ਕਿ ਅੱਜ ਅਸੀਂ ਮਾਣ ਨਾਲ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹਰ ਥਾਂ 'ਤੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ। ਵਾਇਆ ਸੋਸ਼ਲ ਮੀਡੀਆ ਕਿਤਾਬਾਂ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਹੋ ਰਿਹਾ। ਔਰ ਇਹ ਕਿਹਾ ਜਾ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲੋਕ ਇਹ ਖਦਸ਼ਾ ਪ੍ਰਗਟ ਕਰਦੇ ਆ ਕਿ ਸੋਸ਼ਲ ਮੀਡੀਏ ਨੇ ਜਾਂ ਨੈੱਟ ਨੇ ਸਾਡੀਆਂ ਰੀਡਿੰਗ ਹੈਬਿਟਸ ਘਟਾਈਆਂ, ਅਸੀਂ ਕਿਤਾਬ ਨਾਲ ਟੁੱਟਦੇ ਜਾ ਰਹੇ ਹਾਂ, ਲੇਕਿਨ ਸਾਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਪੰਜਾਬ ਦੇ ਵਿੱਚ ਪਾਠਕ ਬਹੁਤ ਵੱਡੇ ਪੱਧਰ 'ਤੇ ਵੱਧ ਰਹੇ ਨੇ। ਚੰਗੀਆਂ ਕਿਤਾਬਾਂ, ਚੰਗੀਆਂ ਲਿਖਤਾਂ ਜਿਹੜੀਆਂ ਉਹ ਬਹੁਤ ਵੱਡੇ ਪੱਧਰ 'ਤੇ ਪੜ੍ਹੀਆਂ ਜਾਂਦੀਆਂ। ਅਸੀਂ ਖੁਦ 300 ਤੋਂ ਵੱਧ ਕਿਤਾਬਾਂ ਜਿਹੜੀਆਂ ਉਹ ਪੀਪਲਸ ਫੋਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਕਿਸੇ ਵੀ ਚੰਗੇ ਪ੍ਰਕਾਸ਼ਨ ਦੀ ਜਿਹੜੀ ਪੁਸਤਕ ਹੁੰਦੀ ਹੈ ਉਹ ਅਸੀਂ ਆਪਦੀਆਂ ਪੁਸਤਕ ਪ੍ਰਦਰਸ਼ਨੀਆਂ 'ਚ ਸ਼ਾਮਿਲ ਕਰਦੇ ਹਾਂ। ਜਿੱਥੇ ਵੀ ਸਾਨੂੰ ਕੋਈ ਮੌਕਾ ਮਿਲਦਾ, ਕੋਈ ਦੋਸਤ ਬੁਲਾਉਂਦਾ ਜਾਂ ਇਸ ਤਰ੍ਹਾਂ ਲੱਗਦਾ ਕੋਈ ਸਮਾਗਮ ਹੈ ਕਿਸੇ ਸਭਾ ਸੁਸਾਇਟੀ ਦਾ ਜਾਂ ਕੋਈ ਰੈਲੀ ਧਰਨਾ ਮੁਜ਼ਾਹਰਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਜਾਣ ਔਰ ਲੋਕਾਂ ਵੱਲੋਂ ਇਸ ਦਾ ਬੜਾ ਭਰਵਾਂ ਹੁੰਗਾਰਾ ਵੀ ਮਿਲਦਾ। ਤਾਂ ਜਿਵੇਂ ਤੁਸੀਂ ਦੱਸਿਆ ਵੀ ਸੀ ਤੁਸੀਂ ਪੁਸਤਕਾਂ ਛਪਾਈਆਂ, ਇਹ ਪੁਸਤਕਾਂ ਜਿਹੜੀਆਂ ਤੁਸੀਂ ਛਾਪਦੇ ਹੋ ਜੀ, ਇਕੱਲੀਆਂ ਪੰਜਾਬੀ 'ਚ ਹੋਰ ਭਾਸ਼ਾਵਾਂ ਦੇ ਵਿੱਚ ਵੀ ਹੈ? ਨਹੀਂ, ਅਸੀਂ ਸਿਰਫ ਪੰਜਾਬੀ ਭਾਸ਼ਾ ਹੀ ਛਾਪਦੇ ਹਾਂ, ਹੋਰ ਕਿਸੇ ਵੀ ਭਾਸ਼ਾ ਦੇ ਵਿੱਚ ਅਸੀਂ ਪੁਸਤਕ ਨਹੀਂ ਛਾਪਦੇ, ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਮੁੱਖ ਖੇਤਰ ਹੈ ਉਹ ਪੰਜਾਬ ਹੈ, ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹੈ, ਅਤੇ ਇਸ ਕਰਕੇ ਅਸੀਂ ਸਿਰਫ ਪੰਜਾਬੀ ਭਾਸ਼ਾ 'ਚ ਕਿਤਾਬਾਂ ਛਾਪਦੇ ਹਾਂ। ਦੂਜੀਆਂ ਭਾਸ਼ਾਵਾਂ 'ਚੋਂ ਅਸੀਂ ਕਿਤਾਬਾਂ ਨੂੰ ਅਨੁਵਾਦ ਕਰਵਾਉਂਦੇ ਹਾਂ, ਜਿਹੜੀਆਂ ਹਿੰਦੀ 'ਚ, ਅੰਗਰੇਜ਼ੀ ਭਾਸ਼ਾ ਦੇ ਵਿੱਚ ਚੰਗੀਆਂ ਕਿਤਾਬਾਂ ਛਪਦੀਆਂ, ਸਾਨੂੰ ਇਹ ਲੱਗਦਾ ਹੈ ਕਿ ਪੰਜਾਬੀ ਪਾਠਕਾਂ ਵੱਲੋਂ ਇਹ ਕਿਤਾਬਾਂ ਪੜ੍ਹੀਆਂ ਜਾਣੀਆਂ ਬਣਦੀਆਂ, ਅਸੀਂ ਉਹਨਾਂ ਕਿਤਾਬਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਾਪ ਕੇ ਪਾਠਕਾਂ ਤੱਕ ਪਹੁੰਚਦੀਆਂ ਕਰਦੇ ਹਾਂ। ਤਾਂ ਦੋਸਤੋ, ਇਹ ਸਨ ਸਾਡੇ ਨਾਲ ਪੀਪਲਜ ਫੋਰਮ ਦੇ ਸੰਸਥਾਪਕ ਖੁਸ਼ਵੰਤ ਬਰਗਾੜੀ ਜੀ, ਜਿਨ੍ਹਾਂ ਨੇ ਕਿਤਾਬ ਪੁਸਤਕ ਸੱਭਿਆਚਾਰ ਦੇ ਬਾਰੇ ਮੈਂ ਦੱਸਿਆ, ਅਤੇ ਉਹਨਾਂ ਨੇ ਆਪਣੀ ਸੰਸਥਾ ਵੱਲੋਂ ਜਿਹੜਾ ਸੀਗਾ ਪੁਸਤਕਾਂ ਦਾ ਜਿਹੜਾ ਕਿ ਸੱਭਿਆਚਾਰ ਦਾ ਪ੍ਰਸਾਰ ਕਰਨ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਕਿਸੇ ਲੱਗੀ, ਚੰਗੀ ਲੱਗੀ ਤਾਂ ਇਹਨੂੰ ਜ਼ਿਆਦਾ ਲਾਈਕ ਸ਼ੇਅਰ ਕਰਨਾ ਦੋਸਤੋ, ਕਮੈਂਟ ਕਰਕੇ ਉਹਨਾਂ ਨੂੰ ਵਿਚਾਰ ਜ਼ਰੂਰ ਦੇਣਾ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ਼੍ਰੀ ਅਕਾਲ।